ਸਾਰਿਆਂ ਨੂੰ ਸਭ ਤੋਂ ਪਹਿਲਾਂ ਰਾਮ ਰਾਮ ਜੀ। ਦੇਖੋ ਜੀ, ਪਵਨ ਜੀ ਆਏ ਆ ਮੇਰੇ ਕੋਲ, ਨਾਲ ਸੋਹਨ ਲਾਲ ਜੀ ਆਏ ਆ। ਇਹ ਸਨਾਤਨ ਜਾਗਰਣ ਮੰਚ ਤੋਂ ਆਏ ਸਾਡੇ ਕੋਲ, ਅਤੇ ਇਹਨਾਂ ਦੇ ਜਿੰਨੇ ਵੀ ਈਵੈਂਟ ਹੁੰਦੇ ਆ ਨਾ ਜੀ, ਉਹ ਵੇਖਣ ਵਾਲੇ ਹੁੰਦੇ ਆ। ਅਤੇ ਸਾਨੂੰ, ਮੈਂ ਤਾਂ ਸਭ ਤੋਂ ਪਹਿਲਾਂ ਆਪਣੀ ਗੱਲ ਕਰਾਂਗਾ ਜੀ, ਕਿ ਮੈਨੂੰ ਬੜਾ ਇੱਕ ਮਨ ਤੋਂ ਇੱਕ ਹਮੇਸ਼ਾ ਤੋਂ ਰਹਿੰਦੀ ਇੱਕ ਜਿਗਿਆਸਾ ਰਹਿੰਦੀ ਹੈ ਕਿ ਕਦੋਂ ਸਨਾਤਨ ਜਾਗਰਣ ਮੰਚ ਵਾਲੇ, ਸਨਾਤਨ ਜਾਗਰਣ ਮੰਚ ਵਾਲੇ ਕੋਈ ਪ੍ਰੋਗਰਾਮ ਕਰਨ ਅਤੇ ਅਸੀਂ ਉਹਦਾ ਹਿੱਸਾ ਬਣੀਏ, ਉੱਥੇ ਜਾ ਕੇ ਸ਼ਾਮਿਲ ਹੋਈਏ, ਅਤੇ ਉੱਥੇ ਜਾ ਕੇ ਜਿਹੜਾ ਭਗਵਾਨ ਜੀ ਦਾ ਨਾਮ ਉਚਾਰਨ ਕਰਦੇ ਹੋਏ 'ਚ ਇੰਜੋਏ ਕਰੀਏ। ਠੀਕ ਹੈ ਜੀ। ਅਤੇ ਜਿਸ ਤਰ੍ਹਾਂ ਇਹਨਾਂ ਦੇ ਮੂੰਹੋਂ ਵੀ ਸੁਣਿਆ, ਜਾਂ ਸਾਡੇ ਕੋਈ ਮਿੱਤਰ ਵੀ ਰਹਿੰਦੇ ਨੇ ਜੀ ਬਾਹਰ, ਉੱਤਰਾਖੰਡ ਦਿੱਲੀ ਪਿੱਛੇ ਕਥਾ ਹੋਈ ਸੀਗੀ, ਇਹ ਮਹਾਰਾਜ ਦੀ ਜਿਹੜੀ ਕਥਾ ਹੈ ਉਹਨੂੰ ਦੇਖਣ ਸੁਣਨ ਬੜੀ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ ਜੀ। ਅਤੇ ਅੱਜ ਧੰਨ ਭਾਗ ਨੇ ਸਾਡੇ, ਅਤੇ ਮੈਂ ਕਹਾਂਗਾ ਕਿ ਬੜੀ ਵਧੀਆ ਸੋਚ ਦੇ ਮਾਲਕ ਨੇ ਇਹ ਪਵਨ ਜੀ, ਇਹ ਸਾਰੀ ਇਹਨਾਂ ਦੀ ਸੰਸਥਾ ਜਿਹੜੀ ਸਨਾਤਨ ਜਾਗਰਣ ਮੰਚ, ਜਿਹੜੇ ਇਹਨਾਂ ਦੇ ਸਾਰੇ ਸਾਡੇ ਆਯੋਜਕ ਨੇ, ਅਤੇ ਬੜੇ ਪ੍ਰੀਏ ਹੈ ਭਗਵਾਨ ਦੇ ਸਾਰੇ ਹੈ ਜੀ। ਅਤੇ ਜਦੋਂ ਇਹ ਕੰਮ ਕਰਦੇ ਆ ਆਨੰਦ ਨਾਲ ਕਰਦੇ ਆ, ਪਰ ਮੈਂ ਫਿਰ ਖਾਸ ਤੌਰ 'ਤੇ ਕਹਾਂਗਾ ਕਿ ਜਿਹੜੇ ਇਹਨਾਂ ਨੇ ਮਹਾਰਾਜ ਜੀ ਸੱਦੇ ਆ, ਰਾਮ ਗੋਬਿੰਦ ਦਾਸ ਜੀ, ਇਹਨਾਂ ਦੀ ਵਿਆਖਿਆ ਭਗਵਾਨ ਦੇ ਪ੍ਰਤੀ ਪ੍ਰੇਮ ਜਿਹੜਾ ਵਾ, ਜਾਂ ਤੁਹਾਨੂੰ ਉੱਥੇ ਇੱਕ ਵਾਰੀ ਰੱਬ ਨਾਲ ਪੂਰੇ ਹਿਰਦੇ ਨਾਲ ਜੋੜਨ ਵਾਸਤੇ, ਪੂਰੇ ਮੈਂ ਕਹਿੰਦਾ ਜੀ ਦਿਲੋਂ ਮੈਂ ਕਹਾਂਗਾ, ਇੱਕ ਵਾਰੀ ਅਪੀਲ ਕਰਾਂਗਾ ਕਿ ਮੇਰਾ ਪੂਰਾ ਸ਼ਹਿਰ ਇਹਨਾਂ ਦੇ ਫੰਕਸ਼ਨ 'ਤੇ ਜ਼ਰੂਰ ਜਾਏ। ਅਤੇ ਇਹਨਾਂ ਦੇ ਫੰਕਸ਼ਨ 'ਤੇ ਨਹੀਂ ਆਉਣਾ, ਰੱਬ ਦੇ ਫੰਕਸ਼ਨ 'ਤੇ ਆਉਣਾ, ਰੱਬ ਦੇ ਫੰਕਸ਼ਨ 'ਤੇ ਆਉਣਾ, ਆਪਣੀ ਜਿਹੜੀ ਧੁਰੀ ਹੈ ਮਨ ਦੀ ਉਹਨੂੰ ਰੱਬ ਨਾਲ ਜੁੜਨ ਜਾਣਾ ਜੀ। ਅਤੇ ਬਹੁਤ ਪਵਿੱਤਰ ਦਿਨ ਹੈ, ਬਹੁਤ ਪਵਿੱਤਰ ਫੰਕਸ਼ਨ ਹੈ, ਜ਼ਰੂਰ ਜਾਇਓ। ਸਾਈ ਰਾਮ ਜੀ। ਜੈ ਸ਼੍ਰੀ ਰਾਮ। ਮੈਂ ਸਭ ਤੋਂ ਪਹਿਲਾਂ ਤਾਂ ਰਜੇਸ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਕਵਰ ਕਰ ਰਹੇ ਜੇ, ਔਰ ਨਾਲ ਦੀ ਨਾਲ ਹੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਵਾ ਵੀ ਇਹ ਜਿਹੜਾ ਸ੍ਰੀ ਸਨਾਤਨ ਜਾਗਰਣ ਮੰਚ ਏਵਮ ਹਰੀ ਦਰਬਾਰ ਮੰਦਿਰ ਦੁਆਰਾ ਰੱਖਿਆ ਗਿਆ ਇਹ ਕਾਰਜਕ੍ਰਮ ਹੈ, ਜਿਹਦੇ ਵਿੱਚ ਰਾਮਦਾਸ ਜੀ ਗੋਬਿੰਦ ਮਹਾਰਾਜ ਉੱਤਰਾਖੰਡ ਹਲਦਵਾਨੀ ਤੋਂ ਆ ਰਹੇ ਨੇ, ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਵਾਂ ਵੀ ਉਹਨਾਂ ਦੇ ਪ੍ਰਵਚਨ ਸੁਣਨ ਵਾਸਤੇ ਸਮੂਹ ਸ਼ਹਿਰ ਵਾਸੀ ਔਰ ਲਾਗੇ ਦੇ ਪਿੰਡਾਂ ਵਾਸੀ ਵੀ ਉੱਥੇ ਜ਼ਰੂਰ ਉਪਸਥਿਤ ਹੋਣ ਔਰ ਆਪਣੇ ਜੀਵਨ ਨੂੰ ਸਫਲ ਬਣਾਉਣ।